ਗੁੱਡ ਮਾਰਨਿੰਗ ਸਾਰਿਆਂ ਨੂੰ ਜੀ, ਵੈਲਕਮ ਟੂ ਸਿੱਧੂ ਰੇਂਜ ਵਾਲਾ ਵਲੌਗਸ। ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅਤੇ ਅੱਜ ਫਿਰ ਨਵੀਂ ਲੋਕੇਸ਼ਨ ਜਾਂ ਤੁਹਾਨੂੰ ਪਿੱਛੇ ਜੇ ਪੜ੍ਹ ਸਕਦੇ ਹੋ, ਇਹਦਾ ਨਾਮ ਹੈਗਾ ਦਾ ਜਿੰਜਰ ਫੈਕਟਰੀ। ਆਪਾਂ ਇੱਥੇ ਘੁੰਮਣ ਆਏ ਹਾਂ ਅਤੇ ਤੁਹਾਨੂੰ ਦਿਖਾਉਂਦੇ ਹਾਂ ਅੰਦਰ ਕੀ ਨਿਕਲਦਾ। ਅਤੇ ਇਹ ਵੀ ਪਹਿਲੇ ਦੀ ਵੀਡੀਓ ਤਰ੍ਹਾਂ ਸਾਨੂੰ ਇਹ ਵੀ ਨਹੀਂ ਪਤਾ ਅੰਦਰ ਹੈ। ਹਾਂ, ਪਤਾ ਤਾਂ ਫਿਰ ਅੰਦਰ ਜਾ ਕੇ ਪਤਾ ਲੱਗਦਾ। ਠੀਕ ਹੈ ਜੀ, ਅਤੇ ਚਲੋ ਫਿਰ ਕਰਦੇ ਹਾਂ ਅੱਜ ਦੀ ਵੀਡੀਓ ਸਟਾਰਟ ਅਤੇ ਮਾਰਦੇ ਹਾਂ ਸੈਲਫ। ਲਓ ਜੀ, ਅਸੀਂ ਟਿਕਟਾਂ ਟੁਕਟਾਂ ਲੈ ਲਈਆਂ। ਅਤੇ ਜੇ ਆਪਾਂ ਟਿਕਟਾਂ ਦੀ ਗੱਲ ਕਰ ਲਈਏ ਤਾਂ $46 ਦੀ ਅਡਲਟ ਟਿਕਟ ਆ ਜੀ, ਜਿਹਦੇ 'ਚ ਪੂਰਾ ਟੂਰ ਪੈਕੇਜ ਆ, ਇੰਕਲੂਡਿੰਗ ਟ੍ਰੇਨ ਪਲੱਸ ਬੀ ਸ਼ੋ ਪਲੱਸ ਜਿੰਜਰ ਬੀਅਰ ਫੈਕਟਰੀ ਦਾ ਟ੍ਰਿਪ। ਮਤਲਬ ਮੈਕਸੀਮਮ ਜਿਹੜੀ ਪ੍ਰਾਈਸ ਆ ਉਹ 46 ਆ, ਜਿਹਦੇ 'ਚ ਸਾਰਾ ਕੁਛ ਇੰਕਲੂਡ ਆ। ਵੈਸੇ $13 $26 ਇਸ ਤਰ੍ਹਾਂ ਵੀ ਹੈਗੇ ਨੇ ਜੇ ਤੁਸੀਂ ਸਿੰਗਲ ਟਿਕਟ ਕੁਛ ਕਰਨਾ, ਪਰ 46 ਮੈਕਸੀਮਮ ਆ ਪਰ ਅਡਲਟ ਟਿਕਟ। ਅਸੀਂ ਵੇਟ ਕਰਦੇ ਹਾਂ ਟ੍ਰੇਨ ਦੀ। ਅਤੇ ਜਿਵੇਂ ਤੁਸੀਂ ਪਹਿਲਾਂ ਦੇਖਿਆ ਹੋਣਾ ਦ ਬਿੱਗ ਪਾਈਨ ਐਪਲ 'ਚ ਵੀ ਟ੍ਰੇਨ ਸੀਗੀ ਅਤੇ ਇਹਦੇ 'ਚ ਵੀ ਟ੍ਰੇਨ ਹੈਗੀ ਆ। ਅਸੀਂ ਉਹਦੀ ਵੇਟ ਕਰਦੇ ਹਾਂ ਅਤੇ ਤੁਹਾਨੂੰ ਟ੍ਰੇਨ ਦਿਖਾਵਾਂਗੇ ਕਿਵੇਂ ਦੀ ਆ। ਟ੍ਰੇਨ ਥੋੜ੍ਹੀ ਵੱਡੀ ਆ, ਇਹ ਥੋੜ੍ਹੀ ਜਿਹੀ ਵੱਡੀ ਆ ਅਤੇ ਤੇਜ਼ ਵੀ ਜਾਂਦੀ ਹੋ ਸਕਦੀ ਹੈ, ਡਿਪੈਂਡ ਕਰਦਾ। ਸਟੇਸ਼ਨ ਹੈਗਾ ਜੀ, ਪ੍ਰੋਪਰ ਬਣਿਆ ਹੋਇਆ। ਉਹਦੇ 'ਚ ਸਟੇਸ਼ਨ ਦਾ ਨਾਂ ਕੁਆਲਾ ਸਟੇਸ਼ਨ ਸੀਗਾ ਨਾ, ਕੁਆਲਾ ਸਟੇਸ਼ਨ। ਹਾਂ, ਇਹ ਹੈਗਾ ਜਿੰਜਰ ਟਾਊਨ ਸਟੇਸ਼ਨ। ਡਿਫਰੈਂਟ ਸਟੇਸ਼ਨ ਦਿਖਾਵਾਂਗੇ ਤੁਹਾਨੂੰ। ਚਲੋ ਫਿਰ ਵੇਟ ਕਰੋ ਟ੍ਰੇਨ ਦੀ, ਅਤੇ ਜਦੋਂ ਟ੍ਰੇਨ ਆਉਂਦੀ ਆ ਤਾਂ ਤੁਹਾਨੂੰ ਟ੍ਰੇਨ ਦਾ ਕਲਿੱਪ ਵੀ ਦਿਖਾਉਂਦੇ ਹਾਂ। ਟ੍ਰੇਨ ਤਾਂ ਆ ਗਈ ਸੀ ਪਰ ਸਾਡੀ ਵਾਰੀ ਨਹੀਂ ਆਈ ਕਿਉਂਕਿ ਅੱਜ ਸੰਡੇ ਆ, ਅੱਗੇ ਅਸੀਂ ਮੰਡੇ ਆਉਂਦੇ ਆ ਤਾਂ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ ਕਿਉਂਕਿ ਮੰਡੇ ਨੂੰ ਲੋਕ ਵੱਧ ਜਾਂਦੇ। ਹਾਂਜੀ, ਇੱਕ ਲੌਂਗ ਵੀਕਐਂਡ ਆ ਤਾਂ ਕਰਕੇ ਥੋੜ੍ਹਾ ਜਿਹੀ ਭੀੜ ਜ਼ਿਆਦਾ, ਤਾਂ ਵਾਰੀ ਨਹੀਂ ਆਈ। ਪਰ ਕੋਈ ਨਹੀਂ, 20 ਮਿੰਟ ਦਾ ਟ੍ਰਿਪ ਆ ਕਹਿੰਦੇ, ਤਾਂ 20 ਮਿੰਟ 'ਚ ਟ੍ਰੇਨ ਫਿਰ ਵਾਪਸ ਆਜੂਗੀ, ਫਿਰ ਵਾਰੀ ਆਜੂਗੀ ਤਾਂ ਫਿਰ ਬਹਿ ਜਾਂਗੇ, ਪਰ ਬਹਿਣਾ ਜ਼ਰੂਰ ਆ। ਫਾਈਨਲੀ ਅਸੀਂ ਟ੍ਰੇਨ 'ਚ ਬਹਿ ਗਏ, ਸਭ ਤੋਂ ਪਿੱਛੇ, ਜਿਹੜਾ ਕਿ ਹਮੇਸ਼ਾ ਅਸੀਂ ਪਿੱਛੇ ਬਹਿੰਦੇ ਹਾਂ ਅਤੇ ਅੱਜ ਵੀ ਪਿੱਛੇ ਬੈਠੇ ਹਾਂ, ਤਾਂ ਸਾਰੀ ਟ੍ਰੇਨ ਤੁਹਾਨੂੰ ਦਿਖਦੀ ਹੋਣੀ ਹੈ। ਅਤੇ ਜੇ ਆਪਾਂ ਦੂਜੇ ਪਾਸੇ ਨੂੰ ਵਿਊ ਦਿਖਾਈਏ ਤਾਂ ਐਵੇਂ ਦਾ ਜੀ, ਤਾਂ ਤੁਹਾਨੂੰ ਪਿੱਛੋਂ ਅੱਜ ਸਾਰਾ ਦਿਖਾਵਾਂਗੇ ਕੀ ਚੀਜ਼ ਆ, ਲਾਈਨ ਦਿਖਾਵਾਂਗੇ ਟ੍ਰੇਨ ਦੀ, ਤਾਂ ਇੱਥੋਂ ਵੈਸੇ ਵਧੀਆ ਕੀ ਸਾਰਾ ਕੁਛ ਦਿਖਦਾ ਕਿੱਦਾਂ ਚੱਲਦੀ ਹੈ ਟ੍ਰੇਨ। ਟ੍ਰੇਨ ਦੇ ਝੂਟੇ ਮਾਟੇ ਹੋ ਰਹੇ ਨੇ ਅਤੇ ਜਿੱਥੇ ਬੈਠੇ ਹਾਂ ਇੱਥੋਂ ਫਿਲਮਾਂ ਵਾਲਾ ਸੀਨ ਯਾਦ ਆਉਂਦਾ, ਜਿਵੇਂ ਪੁਰਾਣੀਆਂ ਫਿਲਮਾਂ 'ਚ ਨਹੀਂ ਆਉਂਦਾ, ਐਂਡ 'ਚ ਟੱਪਾ ਜਿਹਾ ਹੁੰਦਾ ਅਤੇ ਹੀਰੋ ਭੱਜਿਆ ਆਉਂਦਾ ਹੁੰਦਾ, ਬਈ ਮੈਂ ਰਹਿ ਗਿਆ ਹੁਣ ਤਜਿੰਦਰ ਨੂੰ ਲਾ ਦਈਏ, ਇਹ ਭੱਜ ਕੇ ਟ੍ਰੇਨ ਬੜੇ ਪਿੱਛੋਂ। ਪੂਰਾ ਸੀਨ ਆ ਜੀ, ਪਿਛਲਾ ਡੱਬਾ ਜਿਹੜਾ ਉਹ ਜਿੱਥੇ ਕੰਡਕਟਰ ਜਿਹਾ ਹੁੰਦਾ ਸੀ ਉਹ ਟ੍ਰੇਨ ਦਾ, ਜਿਹੜਾ ਕੀ ਕਹਿੰਦੇ ਹੁੰਦੇ ਉਹਨੂੰ ਪਤਾ ਨਹੀਂ, ਜਿਹੜਾ ਅਸੀਂ ਉੱਥੇ ਖੜੇ ਸੀ ਜਿੱਥੇ ਝੰਡੀ ਵਾਲਾ ਬੰਦਾ ਹੁੰਦਾ। ਬੀਅਰ ਚੱਲਦੀ ਪਈ ਆ, ਕੀਐਸ ਕਰਾਵੇ ਪਰ ਨੋਨ ਅਲਕੋਹਲਿਕ, ਜਿਹੜੀ ਅਲਕੋਹਲਿਕ ਵੀ ਮਿਲਦੀ ਆ ਇੱਥੇ, ਜੇ ਕਿਸੇ ਨੇ ਪੀਣੀ ਹੋਵੇ ਤਾਂ ਤੁਸੀਂ ਜਿੰਜਰ ਬੀਅਰ ਅਲਕੋਹਲਿਕ ਵੀ ਪੀ ਸਕਦੇ ਹੋ, ਪਰ ਅਸੀਂ ਪੀਂਦੇ ਨਹੀਂ ਗੇ, ਇਹਨੇ ਡਰਾਈਵ ਵੀ ਕਰਨੀ ਆ, ਮੈਂ ਤਾਂ ਪੀਂਦਾ ਹੀ ਨਹੀਂ ਗਾ, ਮੈਂ ਕਿਹੜਾ ਪੀਂਦਾ, ਇਸ ਕਰਕੇ ਅਸੀਂ ਨੋਨ ਅਲਕੋਹਲਿਕ ਲਈ ਜੀ। ਤੁਸੀਂ ਆ ਕੇ ਪੀ ਸਕਦੇ ਹੋ, $5 ਉਹ ਆ ਨਾ, ਅਤੇ $3.5 ਦੀ ਇਹ ਇੱਕ ਬੋਟਲ ਆ ਜੀ ਨੋਨ ਅਲਕੋਹਲਿਕ। ਹੁਣ ਅਸੀਂ ਫਿਕਸ਼ਨ ਚਿਪਸ ਦੀ ਵੇਟ ਕਰਦੇ ਹਾਂ, ਅਤੇ ਟਾਈਮ ਹੋ ਗਿਆ 1:10 ਹੋ ਗਏ ਨੇ, ਤਾਂ 1:30 ਸਾਡਾ ਟੂਰ ਆ ਜੀ, ਬੀ ਟੂਰ ਮੱਖੀਆਂ ਦਾ, ਮਧੂ ਮੱਖੀਆਂ ਦਾ, ਅਤੇ ਉੱਥੇ ਜਾ ਕੇ ਦੇਖਦੇ ਹਾਂ ਜੀ ਕਿਵੇਂ ਨਿਕਲਦਾ। ਅਸੀਂ ਆਏ ਜੀ, ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਵੇਂ ਬੀ ਸ਼ੋ ਆ ਜੀ, ਲਾਈਵ ਬੀ ਸ਼ੋ, ਇਹ 1:30 ਸ਼ੁਰੂ ਹੋਣਾ ਅਤੇ 2-3 ਮਿੰਟ ਰਹਿੰਦੇ ਨੇ। ਅਤੇ ਹਾਂ ਬਈ, ਹਾਂਜੀ, ਕੋਈ ਆਇਆ ਨਹੀਂ ਇੱਥੇ ਫਟਾਫਟ, ਅਸੀਂ ਕਿਉਂਕਿ ਸਾਡਾ 1:20 ਦੇ ਔਡਰ ਆਇਆ ਜੀ, ਅਸੀਂ 5 ਮਿੰਟਾਂ 'ਚ ਮੱਛੀ ਖਾਧੀ, ਫਿਸ਼ ਐਂਡ ਚਿਪਸ ਖਾਧੇ, ਡਰਿੰਕ ਤਾਂ ਅਸੀਂ ਪੀਤੀ ਨਹੀਂ ਕਿਉਂਕਿ ਗਰਮ ਸੀਗਾ ਤਾਂ ਗਲਾ ਖਰਾਬ ਹੋ ਸਕਦਾ ਤਾਂ ਕਰਕੇ, ਪਰ ਹਜੇ ਇਹਨਾਂ ਨੇ ਗੇਟ ਖੋਲ੍ਹਿਆ ਨਹੀਂ, ਇਹ ਵੀ ਨਹੀਂ ਪਤਾ ਅਸੀਂ ਸਹੀ ਜਗ੍ਹਾ 'ਤੇ ਖੜ੍ਹੇ ਹਾਂ ਵੀ ਅਸੀਂ ਸਭ ਤੋਂ ਪਹਿਲਾਂ। ਹਾਂ, ਅਸੀਂ ਸਭ ਤੋਂ ਪਹਿਲਾਂ ਵਾ, ਅਤੇ ਬਾਕੀ ਦੇਖਦੇ ਹਾਂ ਜਦੋਂ ਸ਼ੋਅ ਸ਼ੁਰੂ ਹੋਊਗਾ ਤਾਂ ਵੀਡੀਓ ਬਣਾਵਾਂਗੇ ਕੀ ਕਰਦੇ ਨੇ ਕੀ ਨਹੀਂ ਕਰਦੇ, ਉਹ ਤੁਹਾਨੂੰ ਵੀਡੀਓ ਦੇਖ ਕੇ ਹੀ ਪਤਾ ਲੱਗੂਗਾ। ਅਸੀਂ ਘੁੱਟ ਘੁੱਟ ਲਾ ਲਈਏ, ਇਹਨੇ ਗਲਾ ਖਰਾਬ ਕਰਨਾ, ਹੜਦਾ ਨਹੀਂਗਾ, ਕਰੋਨਾ ਫੈਲ ਹੈ, ਜੇ ਗਲਾ ਖਰਾਬ ਹੋ ਗਿਆ ਤੈਨੂੰ ਕਿਸੇ ਨੇ ਨੇੜੇ ਨਹੀਂ ਲੱਗਣ ਦੇਣਾ, ਪਹਿਲਾਂ ਤਾਂ ਮੈਂ ਹੀ ਨਹੀਂ ਆਉਣ ਦੇਣਾ ਇਹਨੂੰ ਘਰੇ। ਚਲੋ ਜੀ, ਦੇਖਦੇ ਹਾਂ ਸ਼ੋਅ ਜਾ ਕੇ ਅੰਦਰ।
ਅਸੀਂ ਬੀ ਸ਼ੋ ਦੇਖ ਲਿਆ ਕਿਵੇਂ ਸੀਗਾ ਵਧੀਆ ਸੀਗਾ ਵਧੀਆ ਸੀਗਾ ਉਹ ਇਹਦੇ ਬਾਰੇ ਦੱਸਦੇ ਨੇ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਨੇ ਕਿ ਮੱਖੀਆਂ ਰਾਣੀ ਮੱਖੀ ਕੀ ਕਰਦੀ ਆ ਵਰਕਰ ਕੀ ਕਰਦੀ ਆ ਡਰੋਨ ਕੀ ਕਰਦੇ ਨੇ ਤੇ ਹੁਣ ਅਸੀਂ ਚੱਲੇ ਹਾਂ ਆ ਗਏ ਜੀ ਸ਼ਹਿਦ ਸ਼ੂਦ ਖਾ ਕੇ ਅਤੇ ਮੱਖੀਆਂ ਤਾਂ ਇਹਨੂੰ ਦੇਖੀ ਜਾਣ ਉਹ ਕਹਿੰਦੇ ਨੇ ਕਿ ਇਸ 'ਤੇ ਜਿਹੜੀਆਂ ਮੱਖੀਆਂ ਹੁੰਦੀਆਂ ਨੇ ਵਰਕਰ ਹੁੰਦੀਆਂ ਨੇ ਤਾਂ ਉਹ ਜਦੋਂ ਫੁੱਲ ਲੱਭ ਕੇ ਲਿਆਉਂਦੀਆਂ ਨੇ ਤਾਂ ਬੜੀਆਂ ਖੁਸ਼ ਹੁੰਦੀਆਂ ਨੇ ਅਤੇ ਘੁੰਮਦੀਆਂ ਨੇ ਤਾਂ ਜਦੋਂ ਅਸੀਂ ਦੇਖਣ ਲੱਗੇ ਕਾਫੀ ਘੁੰਮਦੀਆਂ ਸੀ ਮੈਨੂੰ ਸ਼ੱਕ ਆ ਕਿ ਉਹਨਾਂ ਨੇ ਦੇਖ ਲਿਆ ਕਿ ਲਾਲ ਲਾਲ ਕਿਤੇ ਫੁੱਲ ਤਾਂ ਨਹੀਂ ਅਤੇ ਉਹਨਾਂ ਨੂੰ ਲੱਗਿਆ ਕਿ ਫੁੱਲ ਨੇੜੇ ਤੇੜੇ ਲਾਦਾ ਹਾਂ ਇਸ ਕਰਕੇ ਉਹ ਘੁੰਮਣ ਲੱਗ ਗਏ ਅਤੇ ਹੁਣ ਆਪਾਂ ਜਾਵਾਂਗੇ ਜੀ ਜਿੰਜਰ ਫੈਕਟਰੀ ਦਾ ਟੂਰ ਆ ਆਪਣਾ 2:30 ਵਜੇ ਦੋ ਵੀਹ ਹੋ ਗਏ ਜੀ ਅਤੇ 10 ਮਿੰਟ ਰਹਿ ਗਏ ਅਤੇ ਜਿੰਜਰ ਫੈਕਟਰੀ ਦਾ ਟੂਰ ਆ ਤੁਹਾਨੂੰ ਉਹ ਦਿਖਾਉਂਦੇ ਹਾਂ ਅਸੀਂ ਆ ਗਏ ਵਾਪਸ ਅਤੇ ਆਪਣਾ ਫੈਕਟਰੀ ਟ੍ਰਿਪ ਹੋ ਗਿਆ ਤਾਂ ਹੁਣ ਅਸੀਂ ਜਿੰਜਰ ਟੇਸਟ ਕੀਤਾ ਅਦਰਕ ਠੀਕ ਹੈ ਜੀ ਅਤੇ ਕਿੱਦਾਂ ਲੱਗਿਆ ਅਦਰਕ ਉਹ ਅੱਡ ਸੀਗਾ ਜੀ ਬਿਸਕੁਟ ਦੇ ਉੱਤੇ ਰੱਖਿਆ ਹੋਇਆ ਸੀਗਾ ਕੋਈ ਕਿਵੇਂ ਸੀਗਾ ਕੋਈ ਕਿਵੇਂ ਸੀਗਾ ਪਰ ਠੀਕ ਹੈ ਵਧੀਆ ਤੁਹਾਨੂੰ ਮੁਫਤ 'ਚ ਮੁਫਤ ਤਾਂ ਕਾਹਦਾ ਚੱਲ ਜਿਹੜੀ ਟੇਸਟ ਲਈ ਹੈ ਪਰ ਤੁਹਾਨੂੰ ਖਾਣ ਦਿੰਦੇ ਨੇ ਟੇਸਟ ਕਰਾਉਂਦੇ ਨੇ ਪਹਿਲਾਂ ਇਹਨਾਂ ਨੇ ਹਨੀ ਟੇਸਟ ਕਰਾਇਆ ਹੁਣ ਜਿੰਜਰ ਟੇਸਟ ਕਰਾਇਆ ਤਾਂ ਹੁਣ ਆਪਣਾ ਹੈਗਾ ਇਹ ਤੋਂ ਬਾਅਦ ਆਪਾਂ ਬੋਟ 'ਚ ਬਹਿਣਾ ਉਹ ਅੰਦਰ ਆਓ ਅਤੇ ਉਹ ਤੁਹਾਨੂੰ ਦਿਖਾਉਂਦੇ ਹਾਂ ਕਿਵੇਂ ਦੀ ਬਣਦੀ ਆ ਕੀ ਚੀਜ਼ ਨਿਕਲਦੀ ਆ ਕਿੰਨਾ ਕੁ ਘੁੰਮ ਫਿਰਨਾ ਹੈਗਾ ਨਾ ਕਿੰਨੀ ਕੁ ਬੋਟ ਉਹ ਵੀਡੀਓ ਇਹਨੇ ਬਣਾਉਣੀ ਆ ਫਿਰ ਠੀਕ ਹੈ ਜੀ ਅਤੇ ਦੇਖਦੇ ਹਾਂ ਅੰਦਰ ਹੈਗਾ ਤਾਂ ਹਨੇਰਾ ਜਿਹਾ ਬਣ ਜਾਊਗੀ ਬਣ ਜਾਊਗੀ ਹਾਂਜੀ ਅਤੇ ਚਲੋ ਉਹ ਹੈਗੀ ਆ 3:30 ਹੋਏ ਨੇ ਤਾਂ ਮਾੜਾ ਮੋਟਾ ਘੁੰਮਦੇ ਫਿਰਦੇ ਹਾਂ ਅਤੇ ਫਿਰ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਬੋ ਆ ਲਓ ਜੀ ਅਸੀਂ ਹੁਣ ਬੈਠੇ ਹਾਂ ਬੋਟ 'ਚ ਅਤੇ ਕਹਿੰਦੇ ਸੀ 3:30 ਦਾ ਟਾਈਮ ਆ ਪਰ ਅਸੀਂ ਪਹਿਲੇ ਸ਼ੁਰੂ ਕਰ ਲਿਆ ਪੁੱਛਿਆ ਤਾਂ ਤੁਸੀਂ ਬਹਿ ਸਕਦੇ ਕੋਈ ਚੱਕਰ ਨਹੀਂ ਇੱਦਾਂ ਅਤੇ ਬਹੁਤ ਵਧੀਆ ਜੀ ਤੁਹਾਨੂੰ ਦਿਖਾਉਂਦੇ ਹਾਂ ਅਸੀਂ ਆ ਗਏ ਜੀ ਘੁੰਮ ਫਿਰ ਕੇ ਤੇ ਜੇ ਤਾਂ ਰਿਵਿਊ ਦਈਏ ਦਾ ਜਿੰਜਰ ਫੈਕਟਰੀ ਦਾ ਤਾਂ ਠੀਕ ਹੈ ਵਧੀਆ ਆਪਾਂ 12 ਵਜੇ ਆਏ ਸੀ ਹਾਂ 12 ਵਜੇ ਹੁਣ ਕਿੰਨਾ ਕੁ ਟਾਈਮ ਹੋ ਗਿਆ 4 ਵੱਜ ਗਏ 4 ਘੰਟੇ ਲੱਗ ਗਈ ਤਾਂ ਵਧੀਆ ਵਾ ਟ੍ਰੇਨ ਵੀ ਠੀਕ ਹੈ ਤੇ ਸਭ ਤੋਂ ਵਧੀਆ ਸਾਨੂੰ ਉਹੀ ਕਿਸ਼ਤੀ ਲੱਗੀ ਆ ਉਹ ਸਭ ਤੋਂ ਵਧੀਆ ਬੋਟ ਵਾ ਸਭ ਤੋਂ ਵਧੀਆ ਤੇ ਜਿਹੜਾ ਉਹ ਹਨੀ ਬੀ ਆ ਸ਼ੋ ਆ ਜਾਂ ਫੈਕਟਰੀ ਦਾ ਟੂਰ ਆ ਉਹ ਥੋੜਾ ਜਿਹਾ ਕਿ ਤੁਹਾਨੂੰ ਸੁਣਨਾ ਜਿਹਾ ਪੈਂਦਾ ਐ ਲੱਗਦਾ ਜਿਵੇਂ ਕਲਾਸ 'ਚ ਬਹਿ ਕੇ ਹੁੰਦੇ ਕਿ ਹਾਂ ਵੀ ਸੁਣੀ ਚੱਲੋ ਥੋੜੀ ਨੌਲੇਜ ਇਕੱਠੀ ਕਰਕੇ ਲੈ ਹਾਂ ਮਤਲਬ ਜਿਵੇਂ ਕਈਆਂ ਨੂੰ ਨਾ ਕੋਈ ਚੀਜ਼ ਦੇਖਣ ਦਾ ਦੇਖਣ ਵਾਲਾ ਘੱਟ ਆ ਥੋੜਾ ਸੁਣਨ ਵਾਲਾ ਜ਼ਿਆਦਾ ਪਰ ਉਹ ਕਿਸ਼ਤੀ ਹੋਈ ਪਲੱਸ ਆਹ ਟ੍ਰੇਨ ਹੋਈ ਵਧੀਆ ਵਾ ਬਾਕੀ ਖਾਣ ਪੀਣ ਨੂੰ ਹੈਗਾ ਤਾਂ ਆਪਾਂ ਇਹੀ ਕਹਿ ਸਕਦੇ ਹਾਂ ਕਿ ਠੀਕ ਹੈ $40-45 ਇੱਕ ਜਣੇ ਦੀ ਟਿਕਟ ਦੇ ਹਿਸਾਬ ਨਾਲ ਓਕੇ ਆ ਕਿ ਤੁਸੀਂ ਜੇ ਕਹਿੰਦੇ ਹੋ ਕਿ ਕਿਤੇ ਘੁੰਮਣ ਜਾਣਾ 20 ਵਾਲਾ ਤਾਂ ਦੂਜੀ ਟਿਕਟ ਨਾ ਲਵੇ
ਬੋਰਡ ਦੀ ਟ੍ਰੇਨ ਦੀ ਲੈ ਲਏ ਬੋਰਡ ਦੀ ਟਿਕਟ ਜ਼ਰੂਰ ਲਓ ਕਿਉਂਕਿ ਇੱਥੇ ਅੱਡ ਅੱਡ ਪੈਕੇਜ ਨੇ ਜਿਵੇਂ ਅਸੀਂ ਤਾਂ ਪੂਰਾ ਬੰਡਲ ਲਿਆ ਸੀਗਾ ਤਾਂ ਤੁਸੀਂ ਟ੍ਰੇਨ ਤੇ ਕਿਸ਼ਤੀ ਵਿੱਚ ਹੋਵੇ ਹੀ ਹੋਵੇ ਜਿਹੜਾ ਵੀ ਤੁਸੀਂ ਟਿਕਟ ਲੈ ਰਹੇ ਹੋ ਜਾਂ